ਡਾਕਟਰ ਗੁਰਬਖ ਸਿੰਘ ਪੰਡਾਲ ਦੇ ਲੇਖ ਪ੍ਰਦੂਸ਼ਿਤ ਸਮਿਆਂ ਵਿੱਚ ਸਹਿਕ ਦੀ जिंद ਦਾ ਬਾਕੀ ਦਾ ਹਿੱਸਾ ਰੇਡੀਆਈ ਪ੍ਰਦੂਸ਼ਣ ਅਜੋਕੀ ਜੀਵਨ ਸ਼ੈਲੀ ਨੇ ਬਹੁਤ ਸਾਰੇ ਅਜੇ ਪ੍ਰਦੂਸ਼ਣਾਂ ਦੇ ਰੂਬਰੂ ਕੀਤਾ ਹੈ ਜਿਹਦਾ ਕਿਆਸ ਸਾਡੇ ਬਜ਼ੁਰਗਾਂ ਨੇ ਕਦੇ ਵੀ ਨਹੀਂ ਸੀ ਕੀਤਾ ਤੇ ਇਹਨਾਂ ਵਿੱਚ ਸਭ ਤੋਂ ਖਤਰਨਾਕ ਹੀ ਰੇਡੀਆਈ ਪ੍ਰਦੂਸ਼ਣ ਦੂਸਰੇ ਵਿਸ਼ਵ ਯੁੱਧ ਵਿੱਚ ਹਿਰੋਸ਼ੀਮਾ ਤੇ ਨਾਗਾਸਾਕੀ ਛੋਏ ਐਟਮੀ ਬੰਬ ਧਮਾਕਿਆਂ ਕਾਰਨ ਇਹਦੀ ਰਹਿਤ ਖੂਦ ਵਿੱਚੋਂ ਨਿਕਲ ਰਹੀਆਂ ਰੇਡੀਆਈ ਕਿਰਨਾ ਹੁਣ ਤੀਕ ਵੀ ਜਾਪਾਨੀਆਂ ਤੇ ਕਹਿਰ ਖੁਣ ਰਹੀਆਂ ਨੇ ਰੇਡੀਅਮ ਦੀ ਖੋਜ ਕਰਨ ਵਾਲੀ ਤੇ ਦੋ ਵਾਰ ਦੀ ਨੋਬਲ ਪੁਰਸਕਾਰ ਜੇਤੂ ਮੈਡਮ ਕਿਊਰੀ ਵੀ ਰੇਡੀਆਈ ਕਿਰਨਾ ਕਾਰਨ ਹੋਈ ਕੈਂਸਰ ਦਾ ਸ਼ਿਕਾਰ ਹੋ ਕੇ ਮਰ ਗਈ ਸੀ 1979 ਵਿੱਚ ਅਮਰੀਕਾ ਦੇ ਐਟਮੀ ਬਿਜਲੀ ਘਰ ਚ ਹੋਈ ਲੀਕੇਜ ਤੇ 1986 ਚ ਰੂਸ ਦੇ ਸ਼ੈਰ ਨੋਬਾਇਲ ਦੇ ਐਟਮੀ ਪਾਵਰ ਹਾਊਸਡ ਹੋਏ ਧਮਾਕੇ ਕਾਰਨ ਰੇਡੀਆਈ ਕਿਰਨਾ ਦਾ ਵਿਨਾਸ਼ਕਾਰੀ ਰੂਪ ਜਗ ਦੇ ਸਾਹਮਣੇ ਆਇਆ ਹੈ ਸਮੁੰਦਰ ਵਿੱਚ ਡੰਪ ਕੀਤਾ ਜਾ ਰਹੀ ਰੇਡੀਆਈ ਰਹਿੰਦ-ਖੂੰਦ ਨੇ ਸਮੁੰਦਰੀ ਜੀਵ ਸੰਸਾਰ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਦਿੱਤਾ ਹੈ ਕਿ ਮੱਛੀਆਂ ਵਿੱਚ ਰੇਡੀਆਈ ਪਦਾਰਥਾਂ ਦੀ ਹੋਂਦ ਨੂੰ ਪਰਖਿਆ ਗਿਆ ਹੈ ਵਾਯੂ ਮੰਡਲ ਚ ਗ੍ਰੀਨ ਹਾਊਸ ਗੈਸਾਂ ਦੀ ਬਹੁਤਾਤ ਕਾਰਨ ਲੀਰੋ ਲੀਰ ਹੋ ਰਹੀ ਹੈ ਓਜ਼ੋਨ ਪਰਤ ਤੇ ਧਰਤੀ ਦੀ ਤਿੜਕੀ ਸੁਰੱਖਿਆ ਛਤਰੀ ਵਿੱਚ ਆ ਰਹੀਆਂ ਨੇ আলਟਰਾਵਾਇਲਟ ਕਿਰਨਾ ਜਿਸ ਨਾਲ ਪਛਮੀ ਦੇਸ਼ਾਂ 'ਚ ਚਮੜੀ ਦੇ ਕੈਂਸਰ ਦੇ ਕੇਸਾਂ 'ਚ ਹੋ ਰਿਹਾ ਹੈ ਬੇਤਹਾਸ਼ਾ ਵਾਧਾ ਕਈ ਦੇਸ਼ਾਂ ਨੇ ਤਾਂ ਸਨ ਵਾਸਤੇ ਪਾਬੰਦੀ ਲਾ ਦਿੱਤੀ ਹੈ ਮੈਡੀਕਲ ਜ਼ਰੂਰਤਾਂ ਲਈ ਵਰਤੀਆਂ ਵਰਤੀ ਜਾਂਦੀਆਂ ਐਕਸਰੇ microwaves oven ਟੀਵੀ ਤੇ ਕੰਪਿਊਟਰ ਤੋਂ ਨਿਕਲਣ ਵਾਲੀਆਂ ਕਿਰਨਾ ਦਾ ਵੱਖਰਾ ਮਾਰੂ ਅਸਰ ਕਾਰਡਲੈਸ ਫੋਨ ਮੋਬਾਈਲ ਫੋਨ ਫੋਨ ਟਾਵਰਸ ਰੇਡੀਓ ਸਿਗਨਲਸ ਮਾਈਕਰੋ ਤਰੰਗਾ ਆਧਨੇਤਾ ਕਿਰਨਾ ਦਾ ਇਕ ਜਿਆ ਤੰਤਰ ਸਿਰਜਿਆ ਕਿ ਮਨੁੱਖ ਲਈ ਬਹੁਤ ਘਾਤਕ ਸਿੱਧ ਹੋ ਰਹੇ ਨੇ ਟਾਵਰਾਂ ਦੇ ਕੋਲ ਚਿੜੀਆਂ ਦੀ ਘਟ ਰਹੀ ਗਿਣਤੀ ਪ੍ਰਜਨਨ ਸ਼ਕਤੀ ਤੇ ਪੈ ਰਿਆ ਮਾੜਾ ਅਸਰ ਸੈੱਲ ਫੋਨ ਦੀ ਵਰਤੋਂ ਕਾਰਨ ਦਿਮਾਗ 'ਚ ਪੈਦਾ ਹੁੰਦੀ ਗਰਮੀ ਬਣ ਰਹੀ ਏ ਕਈ ਦਿਮਾਗੀ ਬਿਮਾਰੀਆਂ ਦਾ ਕਾਰਨ ਤੇ ਇਹਨਾਂ ਬੇਇਲਾਜ ਰੋਗਾਂ ਤੋਂ ਪੀੜਤ ਲੋਕ ਆਪਣਾ ਦਰਦ ਫਿਰ ਸੈਲਫ ਫੋਨਾਂ ਰਾਹੀਂ ਹੀ ਲੋਕਾਂ ਨਾਲ ਸਾਂਝਾ ਕਰਨਾ ਸਮਝਦੇ ਨੇ ਇੱਕ ਵੱਡਾ ਰੁਤਬਾ ਆਵਾਜ਼ ਦਾ ਪ੍ਰਦੂਸ਼ਣ ਆਵਾਜ਼ ਸੁਖਦ ਸੁਨੇਹਾ ਪਹੁੰਚਾਣ ਦਾ ਸਬਬ ਪੱਤਿਆਂ ਦੀ ਰੁਮਕਣੀ ਕੈ ਲਾਹੀ ਆਨੰਦ ਦੀ ਸਿਰਜਕ ਹੌਲੀ ਹੌਲੀ ਬੋਲੇ ਬਜ਼ੁਰਗਾਂ ਦੇ ਮਿੱਠੜੇ ਬੋਲ ਜੀਵਨ ਲਈ ਪਰਵਚਨ ਨਿੱਕੀਆਂ ਗੱਲਾਂ ਦਾ ਮਿੱਠਾ ਮਿੱਠਾ ਹੁੰਗਾਰਾ ਸਿਰਫ ਬਾਤ ਪਾਉਣ ਤੇ ਹੰਗਾਰਾ ਭਰਨ ਵਾਲੇ ਤੇ ਕੀ ਸੀ ਮਤ ਪਰ ਜੋ ਕੇ ਮਨੁੱਖ ਨੇ ਬੋਲਾਂ ਨੂੰ ਸਿਰਦਰਦੀ ਸੰਗੀਤ ਨੂੰ ਸ਼ੋਰ ਤੇ ਸ਼ਾਂਤ ਮਹਿਫੀਜ਼ਾ ਨੂੰ ਅਸ਼ਾਂਤ ਚੁਗਿਰਦੇ ਚ ਤਬਦੀਲ ਕਰ ਦਿੱਤਾ ਹੈ ਘਰ ਚ ਟੀਵੀ ਮਿਊਜ਼ਿਕ 120 ਡੀਬੀ ਏਸੀ 60 ਡੀਬੀ ਦਾ ਸ਼ੋਰ ਬਾਹਰ ਤੇਜ਼ ਰਫਤਾਰ ਗੱਡੀਆਂ 90 ਡੀਬੀ ਟ੍ਰੇਨ 75 ਡੀਬੀ ਦਾ ਸ਼ੋਰ ਪਟਾਕੇ 150 ਡੀਬੀ ਤਲ ਸ਼ੋਰ ਸਾਡੇ ਕੰਨਾਂ ਨੂੰ ਸਹਿਣ ਕਰਨਾ ਪੈਂਦਾ ਜਦ ਕਿ ਪੱਤਿਆਂ ਦੀ ਸਰਸਰਾਹਟ 20 ਡੀਬੀ ਨਾਲ ਸਾਨੂੰ ਸੁਖਨ ਮਿਲਦਾ ਹੈ ਆਵਾਜ਼ ਦੇ ਪ੍ਰਦੂਸ਼ਣ ਦੇ ਥੋੜੇ ਚਿਰੇ ਤੇ ਲੰਮੀ ਮਿਆਦ ਦੇ ਅਸਰ ਇਹ ਨਿਰਭਰ ਕਰਦਾ ਹੈ ਆਵਾਜ਼ ਦੀ ਕਿਸਮ ਤੇ ਦੇ ਸਮੇਂ ਤੇ ਆਵਾਜ਼ ਦੇ ਪ੍ਰਦੂਸ਼ਣ ਨੇ ਮਨੁੱਖ ਦੀ ਝੋਲੀ 'ਚ ਪਾਇਆ ਹੈ ਬੋळाਪਣ ਖਿਜ ਸਹਿਨ ਸ਼ਕਤੀ ਦਾ ਘਟਣਾ ਫੈਕਟਰੀਆਂ 'ਚ ਉਤਪਾਦਨ ਦਾ ਘਟਣਾ ਅਲਸਰ ਬਣਨਾ ਸਿਰ ਦਰਦ ਥਕਾਵਟ ਇਕ ਕਾਗਰਤਾਜ ਕਮੀ ਗਰਭ ਵਿੱਚ ਬੱਚੇ ਡਾਂਸ ਅਸੰਤੁਲਿਤ ਵਿਕਾਸ ਨਿੱਕੇ ਬੱਚੇ ਦੇ ਕੋਮਲ ਕੰਨ ਦਾ ਪਰਦਾ ਫਟਣਾ ਦਿਲ ਦੇ ਰੋਗੀਆਂ ਲਈ ਜਾਨ ਲੈਵਾ ਵੈਨਕੂਵਰ ਦੀ ਰਾਈਟ ਟੂ ਕਵਾਈਟ ਸੁਸਾਇਟੀ ਮੁਤਾਬਕ ਸ਼ਾਂਤ ਮਾਹੌਲ ਚ ਰਹਿਣ ਵਾਲੇ ਲੋਕ ਤੰਦਰੁਸਤ ਤੇ ਚੁਸਤ ਹੁੰਦੇ ਜਰਾ ਸੋਚਣਾ ਸਾਡੇ ਗੁਰੂਆਂ ਪੀਰਾਂ ਦੇ ਜ਼ਮਾਨੇ ਚ ਕਿਹੜੇ ਸਪੀਕਰ ਹੁੰਦੇ ਸੀ ਆਪਣੇ ਵਿਖਿਆਨ ਲੋਕਾਂ ਤੱਕ ਪਹੁੰਚਾਣ ਦੇ ਫਿਰ ਅਸੀਂ ਕਿਉਂ ਧਾਰਮਿਕ ਸਥਾਨਾਂ 'ਚ ਵੱਧ ਤੋਂ ਵੱਧ ਸਪੀਕਰ ਲਾ ਕੇ ਉੱਚੀ ਆਵਾਜ਼ ਕਰਨ 'ਚ ਫਖਰ ਮਹਿਸੂਸ ਕਰਦੇ ਹਾਂ ਪੈਸਟਿਸਾਈਡ ਦਾ ਪ੍ਰਦੂਸ਼ਣ ਖਰਬੂਜਿਆਂ ਦੇ ਬਹੁਤ ਵੱਡੇ ਉਤਪਾਦਕ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੀਜੇ ਹੋਏ ਖਰਬੂਜੇ ਨਹੀਂ ਖਾਂਦੇ ਕਿੱਡੀ ਵੱਡੀ ਵਿਡੰਮਨ ਹੈ ਕਿੱਡਾ ਵੱਡਾ ਫਰੇਵ ਹੋ ਰਿਹਾ ਹੈ ਖਰਬੂਜੇ ਖਾਣ ਵਾਲਿਆਂ ਨਾਲ ਅਜੇ ਆਕੂ ਜੀ ਵਾਪਰ ਰਿਹਾ ਤਾਜ਼ੀਆਂ ਸਬਜ਼ੀਆਂ ਖਾਣ ਦੇ ਸ਼ੌਕੀਨਾ ਨਾਲ ਆਪਣੇ ਹੱਥੀ ਤਿਆਰ ਕੀਤੇ ਜ਼ਹਿਰ ਦੇ ਖਾਦ ਪਦਾਰਥਾਂ ਨੂੰ ਖਾ ਕੇ ਕੌਣ ਆਪਣੀ ਮੌਤ ਸਹਿੇੜੇ ਫਲਾਂ ਤੇ ਸਬਜ਼ੀਆਂ ਨੂੰ ਹਰ ਰੋਜ਼ ਸਪਰੇਅ ਕਰਨ ਤੋਂ ਲੈ ਕੇ ਟੀਕੇ ਲਾਉਣਾ ਫਿਰ ਕੈਮੀਕਲਸ ਨਾਲ ਪਕਾ ਕੇ ਜ਼ਹਿਰ ਦੇ ਵਪਾਰੀ ਬਣਨਾ ਕਿੱਧਰ ਦੀ ਦਿਆਨਤਦਾਰੀ ਹੈ ਇਹ ਜ਼ਹਿਰ ਬਣਦਾ ਹੈ ਫੂਡ ਚੇਨ ਦਾ ਹਿੱਸਾ ਮਾਂ ਦੇ ਦੁੱਧ ਚ ਜ਼ਹਿਰ ਹਰ ਤਰ੍ਹਾਂ ਦੀਆਂ ਲਾਮਾਂ ਤਾਨੂੰ ਸੱਦਾ ਦਿੰਦੀਆਂ ਨੇ ਬੇਮੌਸਮੀ ਫਲ ਤੇ ਸਬਜ਼ੀਆਂ। ਪਾਦਕ ਆਪਣੇ ਨਿੱਜੀ ਮੁਫਾਦ ਖਾਤਰ ਕਿਸੇ ਦੀ ਸਿਹਤ ਨਾਲ ਖੇਲਵਾੜ ਕਰਨ ਤੋਂ ਜ਼ਰਾ ਵੀ ਨਹੀਂ ਹਿਚਕਚਾਉਂਦਾ। ਅੰਦਾਜ਼ਾ ਲਾਓ ਕਿੰਨੇ ਲੋਕ ਬਿਮਾਰ ਹੋ ਕੇ ਘਰ ਉਜਾੜਦੇ ਨੇ ਇਨਾ ਜ਼ਹਿਰਾਂ ਦੀ ਬਦੌਲਤ। ਕਿੰਨਾ ਮਹਿੰਗਾ ਪੈਂਦਾ ਆਮ ਆਦਮੀ ਨੂੰ ਮੰਡੀ 'ਚ ਵਿਕ ਰਹੇ ਜ਼ਹਿਰ ਨੂੰ ਖਰੀਦਣਾ। ਇਹਨਾਂ ਕੀਟਨਾਸ਼ਕਾਂ ਕਰਕੇ ਹੋ ਗਈ ਏ ਜ਼ਹਿਰੀਲੀ ਧਰਤੀ। ਪਲੀਤ ਹੋ ਗਿਆ ਧਰਤੀ ਦਾ ਸਾਹਮਿਆ ਹੋਇਆ ਜਲਪੰਡਾ। ਪੰਜਾਬ ਦੇ ਲਗਭਗ ਹਰ ਪਿੰਡ ਦਾ ਪਾਣੀ ਨਾ ਪੀਣਗੇ ਤੇ ਵਾਟਰ ਸਪਲਾਈ ਲਈ ਸਰਕਾਰ ਨੂੰ ਕਿੰਨਾ ਧਨ ਖਰਚਣਾ ਪੈ ਰਿਹਾ ਹੈ ਜ਼ਰਾ ਕੋ ਅੰਦਾਜ਼ਾ ਜ਼ਰੂਰ ਲਾਇਓ ਥਰਮਲ ਪ੍ਰਦੂਸ਼ਨ ਜਦ ਗਰਮ ਪਾਣੀ ਠੰਡੇ ਪਾਣੀ ਚ ਮਿਲਦਾ ਹੈ ਤਾਂ ਠੰਡੇ ਪਾਣੀ ਦੀ ਊਰਜਾ ਚ ਵਾਧਾ ਹੋ ਜਾਂਦਾ ਹੈ ਇਹਨੂੰ ਥਰਮਲ ਪ੍ਰਦੂਸ਼ਨ ਕਹਿੰਦੇ ਹਨ ਥਰਮਲ ਪਲਾਂਟਾਂ ਪਾਵਰ ਹਾਊਸਾਂ ਆਈਸ ਫੈਕਟਰੀਆਂ ਕੋਲਡ ਸਟੋਰਾ ਆਦ ਵਿੱਚ ਕੂਲਿੰਗ ਲਈ ਵਰਤੇ ਜਾ ਰਹੇ ਪਾਣੀ ਦਾ ਤਾਪਮਾਨ ਨਾਰਮਲ ਤਾਪਮਾਨ ਨਾਲੋਂ 5 ਤੋਂ 11 ਡਿਗਰੀ ਜ਼ਿਆਦਾ ਤੇ ਜਦੋਂ ਪਾਣੀ ਠੰਡੇ ਪਾਣੀ 'ਚ ਰਲਦਾ ਹੈ ਤਾਂ ਠੰਡੇ ਪਾਣੀ ਦਾ ਤਾਪਮਾਨ ਵੱਧ ਜਾਂਦਾ ਹੈ ਜਿਸ ਨਾਲ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਤੇ ਆਕਸੀਜਨ ਦੀ ਘਾਟ ਕਾਰਨ ਪਾਣੀ ਦੇ ਜੀਵਾਂ ਦੀ ਮੌਤ ਹੋ ਜਾਂਦੀ ਹੈ ਜਿਸ ਨਾਲ ਜੀਵ ਸੰਸਾਰ 'ਚ ਅਸੰਤੁਲਨ ਪੈਦਾ ਹੁੰਦਾ ਹੈ ਇਥੇ ਇਹ ਜ਼ਿਕਰਯੋਗ ਹੈ ਕਿ ਖੇਤੀ 'ਚ ਵਰਤੇ ਜਾਂਦੇ ਪਾਣੀ ਤੋਂ ਬਗੈਰ ਵਰਤਿੰਦਾ 90% ਪਾਣੀ 쿨ਿੰਗ ਕਰਿਆਵਾ ਵਿੱਚ ਹੀ ਵਰਤਿਆ ਜਾਂਦਾ ਹੈ। ਰੋਸ਼ਨੀ ਦਾ ਪ੍ਰਦੂਸ਼ਣ ਬੇਤਹਾਸ਼ਾ ਜਗਦਿਆਂ ਲਾਈਟਾਂ ਰਾਤ ਦੇ ਕੁਦਰਤੀ ਨਜ਼ਾਰਿਆਂ ਵਿੱਚ ਖਲਲ ਇਹ ਲਾਈਟਾਂ ਭਾਵੇਂ ਵੱਡੇ ਵੱਡੇ ਸਾਈਨ ਬੋਰਡ ਹੋਣ ਮੈਰਿਜ ਪੈਲੇਸ ਜਾਂ ਹੋਟਲ ਹੋਣ ਕਿਸੇ ਠਣਾੜ ਦੀ ਬਹੁਮੰਜ਼ਲੀ ਕੋਠੀ ਹੋਵੇ ਕਮਰਸ਼ੀਅਲ ادارے ਹੋਣ ਦਿਨ ਰਾਤ ਜਗਦਿਆਂ ਸਟਰੀਟ ਲਾਈਟਾਂ ਹੋਣ ਅੱਖਾਂ ਨੂੰ ਚੰਦਿਆਉਣ ਵਾਲੀਆਂ ਵਹੀਕਲ ਦੀਆਂ ਦੀ ਲਾਈਟਾਂ ਹੋਣ ਰਾਤ ਦੇ ਮੈਚਾਂ ਲਈ ਜਗਮਗ ਕਰਦਾ ਖੇਡ ਦਾ ਮੈਦਾਨ ਹੋਵੇ ਇਨਡੋਰ ਸਟੇਡੀਅਮ ਇਨਡੋਰ ਸਟੇਡੀਅਮ ਹੋਵੇ ਜਾਂ ਬੰਦ ਕਰਾਂ ਦਫਤਰਾਂ ਵਿੱਚ ਸਾਹੋ ਸਾਹੀ ਹੋਈਆਂ ਜਗ ਰਹੀਆਂ ਬੱਤੀਆਂ ਹੋਣ ਕਿਸੇ ਨਹੀਂ ਪਰਵਾ ਕਿ ਕਿੰਨੀ ਊਰਜਾ ਘਰਤ ਜਾਂਦੀ ਏ ਜਿਨੇ ਉਤਪਾਦਨ ਵੀ ਵਧਾਉਣਾ ਹੈ ਜਾਂ ਖੇਤੀ ਦੀ ਉਪਜ ਵੀ ਵਧਾਉਣੀ ਹੈ ਹੋ ਸਕਦਾ ਹੈ ਕਿ ਸਮੇਂ ਸਿਰ ਬਿਜਲੀ ਆਉਣ ਨਾਲ ਕਿਸੇ ਮਰੀਜ਼ ਦੀ ਜਾਨ ਵੀ ਵੱਜ ਜਾਏ ਰੋਸ਼ਨੀ ਦਾ ਪ੍ਰਦੂਸ਼ਣ ਜਿਥੇ ਆਤਮਿਕ ਸਕੂਨ ਬਖਸ਼ਦੀਆਂ ਚੰਨ ਚਾਨਣੀਆਂ ਰਾਤਾਂ ਨੂੰ ਹਜ਼ਮ ਕਰ ਰਿਹਾ ਹੈ ਉਥੇ ਨਜ਼ਰ ਦਾ ਕਟਣਾ ਖਿਜ ਨੀਂਦ ਨਾ ਆਉਣਾ ਸਿਰਦਰਦ ਵਰਗੀਆਂ ਲਾਮਤਾਂ ਵੀ ਮਨੁੱਖ ਜਾਤੀ ਦੇ ਨਾਮ ਕਰ ਰਿਹਾ ਹੈ ਇੰਟਰਨੈਸ਼ਨਲ ਡਾਰਕ ਸਕਾਈ ਐਸੋਸੀਏਸ਼ਨ ਮੁਤਾਬਕ ਬਹੁਤੀ ਵਾਰ ਰੋਸ਼ਨੀ ਦਾ ਪ੍ਰਦੂਸ਼ਣ ਛਾਤੀ ਦੇ ਕੈਂਸਰ ਤੇ ਹਾਰਮੋਨਸ ਦੇ ਅਸੰਤੁਲਨ ਦਾ ਇੱਕ ਕਾਰਨ ਬਣਦਾ ਹੈ। ਬਾਹਰੋਂ ਰੋਸ਼ਨੀ ਚ ਨਾਉਣ ਦਾ ਪਰੰਪਰਾ ਪਾਲਣ ਵਾਲੇ ਆਦਮੀ ਦੇ ਅੰਦਰ ਇੰਨਾ ਹਨੇਰ ਫਸਰਿਆ ਪਿਆ ਹੈ ਕਿ ਉਹਨੂੰ ਸਮਾਜਿਕ ਸਰੋਕਾਰਾਂ ਦੀ ਕੀ ਸੋਝੀ ਹੋਣੀ ਸੀ ਉਹਨੂੰ ਆਪਣੇ ਅੰਤਰੀਵ ਦਾ ਵੀ ਕੋਈ ਗਿਆਨ ਨਹੀਂ। ਭਟਕੇ ਮਨੁੱਖ ਸਮਾਜ ਲਈ ਕੋੜ ਆਪ ਖੁਦਰੀਆਂ ਮਾਨਵੀ ਸਰੋਕਾਰਾਂ ਦਾ ਜਨਾਜ਼ਾ ਤੇ ਇਸ ਜਨਾਜ਼ੇ 'ਚ ਸ਼ਾਮਲ ਆਸੀ ਸਭ ਕਦੇ ਬਿਜਲੀ ਗੁੱਲ ਹੋਣ ਤੇ ਆਕਾਸ਼ ਨੂੰ ਨਿਹਾਰੇਓ ਕੁਦਰਤ ਦੀ ਅਨੰਤਤਾ ਦਾ ਚਲਕਾਰ ਤੁਹਾਨੂੰ ਮੰਤਰਮੁਗਧ ਕਰ ਦਏਗਾ ਤੁਸੀਂ ਅਰਦਾਸ ਕਰੋਗੇ ਕਿ ਬਿਜਲੀ ਕਦੇ ਕਦਾਈ ਜ਼ਰੂਰ ਜਾਂਦੀ ਰਹੇ ਤਾਂ ਕਿ ਕੁਦਰਤ ਦੀ ਆਗੋਸ਼ ਦਾ ਨਿਗਮਾਣਿਆ ਜਾ ਸਕੇ ਜ਼ਰਾ ਕੋ ਸੋਚਿਓ ਕੀ ਛੱਡ ਕੇ ਜਾਵਾਂਗੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕੀ ਵੱਡੇ ਵੱਡੇ ਘਰ ਨਵੇਂ ਮਾਡਲ ਦੀਆਂ ਕਾਰਾਂ ਅਸੀਮ ਜਾਇਦਾਦਾਂ ਨੂੰ ਸਾਡੇ ਬੱਚੇ ਮਾਣ ਸਕਣਗੇ ਜਦ ਉਹਨਾਂ ਨੂੰ ਅਸੀਂ ਵਿਰਸੇ 'ਚ ਜ਼ਹਿਰੀਲੀ ਪਾਉਣ ਪਲੀਤ ਪਾਣੀ ਜ਼ਹਿਰੀਲੇ ਮਾਦੇ ਨਾਲ ਭਰਪੂਰ ਰਕੜ ਵਰਗੀ ਧਰਤੀ ماں ਚਾਰੇ ਪਾਸੇ ਸ਼ੋਰ ਰੌਸ਼ਨੀਆਂ ਦਾ ਪ੍ਰਦੂਸ਼ਣ ਤੇ ਚਗਿਰਦੇ 'ਚ ਕਿਰਨਾਂ ਤੇ ਗਰਮੀ ਦਾ ਪਰਕੋਪ ਹੋਏਗਾ ਕੀ ਸਾਡੀ ਔਲਾਦ ਜਿਉਂਦੀ ਰਹਿ ਸਕੇਗੀ ਆਓ ਆਪਣੀਆਂ ਨਸਲਾਂ ਨੂੰ ਜਿਉਣ ਵਾਸਤੇ ਲੁੜਿੰਦੀਆਂ ਕੁਦਰਤੀ ਨਿਯਮਤਾਂ ਦਾ عظیم ਤੋਹਫਾ ਦੇ ਕੇ ਜਾਈਏ ਸਾਡੀਆਂ ਪੀੜ੍ਹੀਆਂ ਸਾਡੀਆਂ ਸ਼ੁਕਰਗੁਜ਼ਾਰ ਹੋਣਗੀਆਂ ਧੰਨਵਾਦ